ਵਧੀਆ ਹੋਇਆ। ਦਸ ਦਿਨ ਇਹਨਾਂ ਦੇ ਘਰੇ ਲਾ ਕੇ ਗਈ ਆ, ਵਿਆਹ ਕੇ ਲੈ ਕੇ ਗਏ ਨੇ ਤੇ ਉੱਥੋਂ ਇਹ ਚੜਾ ਕੇ ਆਏ ਜੀ, ਮੈਨੂੰ ਨਾਲ ਲੈ ਕੇ ਗਏ ਨੇ ਤੇ ਉਦੋਂ ਬਾਅਦ ਚਲੋ ਬੱਚਾ ਤਾਂ ਸਾਡਾ ਵੀ ਉੱਡੇ ਸੀ, ਦੁੱਖ ਸਾਨੂੰ ਵੀ ਉੱਡੇ ਸਾਡੇ ਜਮਾਈ ਵਰਤ ਤੇ ਬਾਕੀ ਜਿਹੜੇ ਲਾਉਂਦੇ ਵੀਡੀਓ ਵੂਡੀਓ ਪਾਉਂਦੇ ਨੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਸਾਡੇ ਝੂਠੇ ਵੀ ਸੁਣ ਲੈਣ। ਸਾਡੇ ਪਾਸਪੋਰਟ ਦੇਖ ਲੋ ਜੀ ਕਿਹੜੇ ਸਾਡੇ ਲੱਗੀਆਂ, ਉਹ ਸਾਨੂੰ ਬੀਜੇ ਲਾਏ ਨੇ, ਉਹ ਤੁਹਾਡੇ ਮੂਹਰੇ ਆ ਸਾਰਾ ਕੁਛ। ਉਹਨਾਂ ਵੱਲੋਂ ਦੋਸ਼ ਲਾਏ ਜਾ ਰਹੇ ਲਾਉਂਦੇ ਆ, ਲਾ ਲੈਂਦੇ ਪੈਸਾ ਉਹਨਾਂ ਨੇ ਖਰਚਿਆ ਜੀ, ਮੁੰਡਾ ਭੇਜਣ ਦੇ ਮਾੜਿਆਂ ਨੇ ਗੱਲ ਹੋਈ ਸੀ, ਰਿਸ਼ਤਾ ਹੋਇਆ ਜੀ। ਨਹੀਂ ਮਿਲੇ ਜੀ, ਅਸੀਂ ਭੋਗ ਤੇ ਜਾ ਕੇ ਆਇਆ, ਪਹਿਲਾਂ ਸੰਸਕਾਰ ਕਰਿਆ, ਜੋ ਸਾਡੀ ਰਸਮ ਸੀ ਸਹੁਰਿਆਂ ਉਹ ਕਰਕੇ ਆਇਆ, ਉਦੋਂ ਬਾਅਦ ਫੁੱਲਾਂ ਦੇ ਗਏ ਜੀ, ਫੁੱਲਾਂ ਦੀ ਰਸਮ ਕਰਕੇ ਪੂਰੀ, ਉਦੋਂ ਬਾਅਦ ਚਾਰ ਦਿਨ ਬੈਠਣ ਗਏ ਹਾਂ, ਫਿਰ ਬਹਿ ਕੇ ਆਇਆ, ਫਿਰ ਭੋਗ ਤੇ ਵੀ ਜਾ ਕੇ ਆਇਆ ਜੀ। ਸਾਨੂੰ ਉਹ ਵਿਚਾਰੇ ਕੋਈ ਮਾੜਾ ਸ਼ਬਦ ਨਹੀਂ ਬੋਲੇ ਘਰ ਦੇ। ਉਹਦੇ ਜਿਹਦੇ ਅਸੀਂ ਬਣਾਏ ਬੁਲਾਇਆ ਜੀ, ਸਾਨੂੰ ਲੈ ਗਏ ਨੇ ਉਹ, ਉਹਦੇ ਸਾਨੂੰ ਕਹਿੰਦੇ ਜੀ ਅਟੈਕ ਹੋ ਗਏ ਵੀ ਇਹਦੇ, ਅਸੀਂ ਦੇਖਿਆ ਨੱਕ ਚੋਂ ਆਪਣਾ ਬਲੱਡ ਵੀ ਆਇਆ ਜੀ, ਅਟੈਕ ਗਿਆ ਉਹਦੇ, ਫਿਰ ਮਗਰੋਂ ਹੁਣ ਸੂਸਾਈਡ ਕਹਿਣ ਲੱਗ ਗਏ, ਕਿਤੇ ਕੁਛ ਬੋਲਦੇ ਜੀ ਕੁਛ ਬੋਲਦੇ, ਕੀ ਕਹਿ ਸਕਦੇ ਹੁਣ ਜੀ, ਜਾਂ ਤਾਂ ਉਹਨੂੰ ਬੇਚਾਰੇ ਨੂੰ ਮਰਨਾ ਨੀ ਪਤਾ ਜਾਂ ਪਰਮਾਤਮਾ ਨੂੰ ਪਤਾ। ਤੁਹਾਡੀ ਬੇਟੀ ਦੀ ਹਾਲਾਤ ਕਿਹੋ ਜਿਹੇ ਹਨ ਉੱਥੇ? ਬਹੁਤ ਮਾੜੀ ਹੈ ਜੀ, ਬਾਹਲੇ ਔਖੇ। ਤੜਕੇ ਪਤਾ ਲੱਗਿਆ ਜੀ, ਜਦੋਂ ਉਹਨੂੰ ਦੱਸਿਆ ਸਾਡਾ ਮੁੰਡਾ ਜਿੱਥੇ ਲੜੋ ਲੈ ਉਸ ਚੀਜ਼ ਕਰੀਆਂ ਪਈਆਂ, ਜੇ ਜਾ ਕੇ ਦੇਖਿਆ ਉਹ ਮਰ ਖਤਮ ਹੋ ਗਈ ਸੀ। ਨਾ ਜੀ ਨਾ, ਮੇਰੇ ਸਾਡੇ ਨਾਲ ਜੀ ਕੱਦੂ ਸਾਰਾ ਉਹਨੇ ਕਰਿਆ, ਟਰੈਕਟਰ ਖੜਾ ਜੀ ਉਹੀ ਟਰੈਕਟਰ ਚਲਾਉਂਦੀ, ਸਾਰਾ ਰੇਹ ਉਹਨੇ ਥੱਲੇ ਅਸੀਂ ਪਾਉਂਦੇ ਰੇਹ ਯੂਰੀਆ ਸਾਰਾ ਉਹਨੇ ਪਾਇਆ, ਸਾਰੇ ਪੈਸੇ ਜੀ ਅਸੀਂ ਟੋਟਲ 24-25 ਲੱਖ ਰੁਪਇਆ ਸਾਡਾ ਲੱਗ ਗਿਆ, ਸਾਰਾ ਵਿਆਹਾਂ ਦੇ ਵਿੱਚ ਖੇਚਾਂ 'ਤੇ 13 ਲੱਖ ਅਸੀਂ ਤਾਂ ਪਹਿਲਾਂ ਹੀ ਭਰੀ ਸੀ, ਬਸ 5 ਲੱਖ ਬਾਅਦ 'ਚ ਭੇਜੀ ਹੈ ਦੁਬਾਰੇ। ਨਾ ਜੀ, ਮੇਰੀ ਗੁੱਡੀ ਨੂੰ ਮਾੜਾ ਮੋਟਾ ਇੱਕ ਦਿਨ ਗੱਲ ਜੀ ਕਰੀ ਉਹਨੇ, ਥੋੜ੍ਹੀ ਘਣੀ ਉਹ ਰਿਕਾਰਡਿੰਗ ਹੈਗੀ ਹੈ, ਰਿਪੋਰਟ ਹੋਵੇ ਜੀ ਸਜ਼ਾ ਮਿਲ ਜੀ। ਲਵਪ੍ਰੀਤ ਵੀਰੇ, ਉਹਨੂੰ 24 ਸਾਲ ਲੱਗਿਆ ਸੀ, ਮੇਰਾ ਭਤੀਜਾ ਗਾ, ਮੈਂ ਉਹਦਾ ਚਾਚਾ ਗਾ, ਅਤੇ ਇਹ ਗੱਲ ਵੀਰੇ ਉਹਦੀ ਘਰ ਵਾਲੀ ਕਨੇਡਾ, ਉਹਨੂੰ 2.5 ਸਾਲ ਹੋ ਗਏ ਗਈ ਨੂੰ, 1 ਸਾਲ ਉਹ ਮੰਗੀ ਰਹੀ ਹੈ, ਮਤਲਬ ਕਿ ਜਦ ਤੱਕ ਉਹਦੀ ਫੀਸ ਫੂਸ ਭਰਨੀ ਸੀ ਉਦੋਂ ਤੱਕ ਤਾਂ ਵਧੀਆ ਰਹੀ ਸੀ, ਉਦੋਂ ਬਾਅਦ ਉਹ ਮਿਸਬਿਹੇਵ ਕਰਨ ਲੱਗ ਗਏ, ਹੈ ਨਾ। ਚਲੋ ਇਹਨਾਂ ਦੀ ਆਪਸ ਅੰਡਰਸਟੈਂਡਿੰਗ ਹੋਊਗੀ ਥੋੜ੍ਹੀ ਬਹੁਤੀ, ਪਹਿਲਾਂ ਹੋ ਸਕਦਾ ਵੀ ਹੋ ਜਾਂਦੇ ਮੀਆਂ ਬੀਬੀ ਦੀ ਸਭ ਕੁਛ ਹੋ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਦੇ ਘਰ ਨੂੰ ਬੁਲਾਓਗੇ ਨਹੀਂ, ਸਾਰੀ ਫੀਸ ਭਰੀ ਹੈ ਭਰਾਵਾਂ ਨੇ, ਸਾਨੂੰ 1 ਸਿੰਗਲ ਰੁਪਇਆ ਨਹੀਂ ਮੋੜਿਆ ਕੁੜੀ ਨੇ, ਮੈਂ ਕਿ ਤਕਰੀਬਨ 24-25 ਲੱਖ ਰੁਪਇਆ ਸੀ ਉਹਦੇ ਖਰਚਾ, ਸਾਡੀ ਜ਼ਮੀਨ ਵੀ ਗਹਿਣੇ ਪਈ ਹੈ ਜੀ। ਅਤੇ ਦੇਖੋ ਜਿਹੜੀ ਇਹ ਗੱਲ ਕਲੀਅਰ ਹੈ ਤਾਂ ਪੋਸਟਮਾਸਟਮ ਨੇ ਕਰਨੀ ਹੈ ਨਾ, ਅਤੇ ਖਾਧਾ ਤਾਂ ਕੋਈ ਜ਼ਹਿਰੀਲੀ ਚੀਜ਼ ਸਾਨੂੰ ਲੱਗਦਾ, ਕਿਉਂਕਿ ਨੀਲਾ ਹੋਇਆ ਪਿਆ ਸੀਗਾ, ਮੌਤ ਉਹਦੀ ਹੋਈ ਹੈ ਵੀਰੇ 24 ਤਰੀਕ ਦੀ ਮੌਤ ਹੋਈ ਹੈ, ਅਤੇ ਮਤਲਬ ਕਿ ਸਾਨੂੰ ਉੱਥੋਂ ਫੋਨ ਆਇਆ ਸੀ ਕਿਸੇ ਦਾ, ਤੁਹਾਡਾ ਮੁੰਡਾ ਉਹਦੇ ਮੋਟਰ 'ਤੇ, ਸਾਡੇ ਉੱਧਰ ਮੋਟਰ ਹੈਗੀ ਆ ਅਲੱਗ, ਸਾਡਾ ਖੇਤ ਆ ਉਹਨੂੰ ਕੱਸੀ ਵਾਲਾ ਖੇਤ ਕਹਿੰਦੇ ਹਾਂ ਅਸੀਂ, ਉੱਥੇ ਡੈਥ ਹੋਈ ਸੀ ਉਹਦੀ, ਇਹ ਮੈਂ ਅਤੇ ਬਾਈ ਨੇ ਉਹਨੂੰ ਜਾ ਕੇ ਸਭ ਤੋਂ ਪਹਿਲਾਂ ਦੇਖਿਆ ਹੈਗਾ, ਕਿਉਂਕਿ ਜਿਨ੍ਹਾਂ ਨੇ ਦੇਖਿਆ ਸੀ ਉਹਨੂੰ ਸਾਨੂੰ ਫੋਨ ਕਰਿਆ, ਮਤਲਬ ਕਿ ਉਹ ਕੋਲ ਹੀ ਨਹੀਂ ਗਿਆ, ਸਭ ਤੋਂ ਪਹਿਲਾਂ ਜੋ ਟੱਚ ਆ ਬਾਈ ਤਾਂ ਮੇਰਾ ਹੀ ਹੋ, ਮੌਤ ਦਾ ਕਾਰਨ ਹਜੇ ਕੋਈ ਨਹੀਂ ਪਤਾ ਵੀਰੇ, ਸਾਨੂੰ ਮੌਤ ਦਾ ਕਾਰਨ ਕੋਈ ਨਹੀਂ ਸੀ ਪਤਾ, ਅਸੀਂ ਉਹਦਾ ਮਤਲਬ ਕਿ ਪੋਸਟਮਾਸਟਮ ਵੀ ਕਰਾਤਾ, ਉਹਦਾ ਦਾਹ ਸੰਸਕਾਰ ਵੀ ਕਰਤਾ ਸੀ, ਮਤਲਬ ਕਿ ਜਦੋਂ ਅਸੀਂ ਉਹਦੇ ਦੁਆਰੇ ਫੋਨ ਖੋਲ੍ਹੇ, ਪਾਸਵਰਡ ਦਾ ਪਤਾ ਨਹੀਂ ਸਾਨੂੰ, ਪਹਿਲਾਂ 2 ਦਿਨ ਤੁਹਾਨੂੰ ਪਾਸਵਰਡ ਨਹੀਂ ਪਤਾ ਲੱਗਿਆ, ਆਪਣੇ ਮੁੰਡਿਆਂ ਨੂੰ ਯਾਰਾਂ ਦੋਸਤਾਂ ਨੂੰ ਪੁੱਛੇ, ਉਹਨਾਂ ਨੇ ਸਾਨੂੰ ਜਦੋਂ ਪਾਸਵਰਡ ਦੱਸੇ ਪਾਸਵਰਡ ਦੱਸਿਆ ਫੋਨ ਦਾ, ਫਿਰ ਸਾਨੂੰ ਉੱਥੋਂ ਖੁਲਾਸਾ ਹੋਇਆ ਵੀ ਇਹਨੇ ਇਹ ਕਾਰਨ ਆ ਕੁੜੀ ਉਹਦੀ ਵਾਈਫ ਨਾਲ ਜੋ ਕੁਛ ਹੈਗਾ ਸੀ, ਫਿਰ ਬੁਲਾ ਨਹੀਂ ਸੀ ਜੀ ਉਹ, ਉਹਦਾ ਫੋਨ ਆ ਦੇਖੋ 23 ਤਰੀਕ ਦੀ ਚੈਟ ਆ ਗਈ, ਉਹਨੇ ਕੋਈ ਵੀ ਫੋਨ ਉਹਦਾ ਰਿਸੀਵ ਨਹੀਂ ਕੀਤਾ ਹੋਇਆ,
रात को 2 बजे फोन लाने लग्या, शाम के 4:45 बजे तक फोन लाई गया। फिर उन्हें फोन आपके भूआ के मुंडे लाया, दोनों एक मनीला चाह के इंडिया चाह, उन्होंने भी उन्होंने फोन लाया कुड़ी ने, वह भी नहीं चक्या। उन्हें वो फफड़ ने उन्होंने फोन लाया, जो साढ़े जीजा जी ने विचोले ने भी उन्हें फोन नहीं चक्या किसी का भी उस दिन। फिर सू मतलब कि जो अभी फोन दिया चैटा कर सू उ पता लग्या। फिर ये खुडी गलों की कुड़ी है, यह पक्का विह हो पहली गल मैं चैनल पर कहीं बोलिया नहीं, पहला मैं पता मैं दिमाग च मिस हो गई। यह पक्का विह कर जिदा कुड़ी का वीजा लग गया तो ठीक है, नहीं साढ़े घर की बहू बनूगी सू मतलब यहाँ भी जो वीजा किसी कारण करके नहीं भी आता तो यह पक्का विह सगा इसी कुड़ी फिर उरे रखनी। चलो वीजा लग गया वो कनेडा बन शहर से, तो भी ये भी शायद 2020 नवंबर से यह कुड़ी इनू इग्नोर कर लग गई थी। इन्हें उत्थे लिखता से इनू भी मैंने लगता भी मैंने मेरी मेरा राह चुनना पेगा भी मैंने मरना पेगा, मैंने सुसाइड करना पेगा भी लोग गलत मैंने कनेडा कनेडा वाले कहें हूँ तुम हिसाब ला लो भी 2020 नवंबर तो लेके हूँ कितना टाइम लाएंगे कितने महीने लाएंगे। डिप्रेशन तो है थोड़ा थोड़ा सानू पर सानू फील नहीं उन्हें फोन दिता भी मैं हैगा मैंने बुला नहीं रही घर वो तो भी फोन नहीं करती घरें भी फोन 2-2 महीने बाद करती सी नहीं उन्हें सानू दस्या नहीं कुछ उद की लै गया सारा कुछ मतलब कि सुसाइड तो बाद ही फोन से ट्रेस करे अं व्हाट्सएप चेक कराया उतों सूँ पता लगे भी वो करके सुसाइड कर गया। फिर 7 तरीक न आई थी 17 बज गई थी टोटल 10 दिन रही थी वो ही विह हो सारा कुछ फंक्शन 10 दिन खतरा आई थी 1 साल बाद आई थी 1 साल वो मंगी रही है नहीं भीरे कुछ वर्क पर आएगी वर्क पर मिलते हूँ उन्होंने हो गए भीरे 3 साल होने वाले थे टोटल नहीं भीरे सिंगल डॉकूमेंट भी नहीं भेजा 1 रुपया भी भेजा नहीं है बस उन्हें सिर्फ 2,250 के एक कपड़े भेजे हुए वो भी मतलब कि लवप्रीत की भैन के बच्चे मुंडे में छोटे वो भी एमाजोन तो शॉपिंग करके भेजी है। देखो जी कसूर तो उन्होंने फैमिली दी है, जो उन्होंने फैमिली में कहना भाई तू कुड़ी पेपर ला उन्हें एक थावे कहा कि मैंने मुंडा पसंद नहीं सी सानू कह दें कि मैंने मुंडा पसंद नहीं सी मेड़ लेंदे वेह के साडा मुंडा थोड़ी मरवाना सीगा उन्होंने लारे लाई गया वो फोन नहीं चकती मैसेज नहीं करती इग्नोर करी जाती थी डिप्रेशन च आया बंदा कर गया मंग है भी सब तो पहला तो भी वो कुड़ी को सज़ा मिलनी चाहिए है क्योंकि जे उन्होंने सज़ा ना मिली तो एक होर कुड़ियां बहुत कुछ करनी है ना साडा मुंडा वग गया चलो कोई गल नहीं पैसों का अभी केस करा पैसे भी आपके वापस लावे उन्होंने तो क्योंकि अभी रिस्पोंसर बैठे किसी ने कुड़ियों को बाहर भेजिए केस भी करा भी डिबोर्ट भी करावे जो कार्रवाई भी बनती अभी करा नहीं भी उन्होंने साढ़े कोई संपर्क नहीं किया हूँ उन्होंने फोन जरूर आ रहे हैं कल परसों के कह रहे हैं भी राजीव बंदा कर लो हम अभी पुत मरवा के राजीव बंदा कहीं खतर करना उन्होंने कि मेरे 2 भैं 1 भरा यह छोटा सारा तो बहुत मुश्किल ना लगे आप मंदिर से धक्के धुके खा के मैं कहते मत्था टेक टेक के होया से मेरा भरा लगता से साढ़े दोनों भैन तो छोटा सी बहुत शौक सी मैं बाहर जावा आपका घर का सारा सैट करा कर्जा उतारा उन्होंने शौक से पहला तो ही प्लस टू करने के पिछले उन्होंने शौक से जो मैं बाहर जाव हाँ जी मैं एस की मेरे 6 स्कोर आए थे बट इधरों लाडी को रिश्ता आ गया बेअंत कौर बाजवा का तो इस करके फिर मैं डैडी को कहता भी लाडी की फीस भर दो चलो मैं मेरी तो देखी जाऊ गलबात सानू तो कहता रहा होंगी है बट चैट तो हम पता लग रहा भी हौली हौली जिदा फीसा भरी गई गल घटती गई नहीं एडा कुछ खास नहीं है मैं कहता सी भी थोड़ा गल घट कर दी है भी कह दी है मैं बिजी हाँ मैं टाइम नहीं लगता तो भी सानू इदा सी भी कोई फाइल च प्रॉब्लम आऊ ये करके अभी घर भी गल पहुँचाई तो करद्या ने अगे पता नहीं की गलबात की है ज नहीं थोड़ी करती सी यानी जी करती सी टाइम पिछों करती सी बस हाँ हूँ ठीक है ठाक है इदा बस मेरा नाम है बेअंत कौर बाजवा खुडी कला पिंड की है किंगस्टन च रही है हूँ 21-22 साल की उम्र है 21 हाँ जी कैनेडा और तो कुछ खास पता ही नहीं लग्या इदा फिर भी एवं होगी हो नैचुरल जिदा हम हो जाता तो बाद चैट पढ़ के पता लग्या जिन्हें सुसाइड की है फोन मैं किए ने फिर उन्हें बैक कॉल की काफ़ी घंटिया बाद गल हुई आ बस उन्होंने मैं पूछया भी थोड़ी चैट पढ़ी है तो थोड़ी लड़ाई हुई हुई है उन्हें फिर अगों जवाब दिता साड़ी चैट से लड़ाई होंगी सी साड़ी फोन पर कोई लड़ाई नहीं सी होंगी फिर मैं उन्होंने आख्या भी चल तू इधर इकली आ मेरी फ्रेंड तेरे को आ जाती है फिर भी सिंपथी की जरूरत होंगी है कोल कहनी नहीं मेरे को मेरे रिश्तेदार आ रहे ने सानू अगो तो पता लग गया उसके कोई नहीं जा रहा उन्हें सिर्फ मैंने झूठ बोलिया फिर भी मैं कहा भी तेरे को मेरी फ्रेंड भी आ जू चल फिर की आ 3 जानिया हो जाऊंगिया तुम तो उन्हें कोई एड्रैस नहीं भेजा मेरे मैसेज भी किए हुए ता भी उन्हें कोई एड्रैस नहीं भेजा रवैया ऐ कोई खुल के भी नहीं गल करती तो कोई ए मेरे न कोई रूडली भी नहीं गल करती बट जिदा अं चैट पढ़ी वो बहुत रूडली गल की बहुत
ਉਹ ਮਿੰਤਾਂ ਕਰ ਰਿਹਾ, ਉਹ ਕਹਿ ਰਿਹਾ ਮੇਰੇ ਨਾਲ ਗੱਲ ਕਰ, ਕਾਲ ਕਰ ਲਾ। ਉਹ ਕਹਿੰਦੀ ਆ ਮੈਂ ਘਰੇ ਗੱਲ ਕਰਦੀ ਹਾਂ, ਮੇਰੇ ਕੋਲ ਟਾਈਮ ਨਹੀਂ ਹੈਗਾ, ਬਸ ਆਹੀ ਕੁਛ ਹੈ। ਹਾਂਜੀ, ਉਹਨੂੰ ਇਹ ਗੱਲ ਦੀ ਹੋਈ ਸੀ, ਟੈਂਸ਼ਨ ਸੀ, ਡਿਪਰੈਸ਼ਨ ਸੀ ਵੀ ਮੇਰਾ ਇੰਨਾ ਘਰ ਵੀ ਲੱਗ ਗਿਆ, ਐਡਾ ਅਸੀਂ ਕਰਜ਼ਾ ਵੀ ਚੱਕੀ ਬੈਠੇ ਹਾਂ, ਜ਼ਮੀਨ ਗਹਿਣੇ ਦਿੱਤੀ ਪਈ ਆ, ਵੀ ਉਹ ਸਾਨੂੰ ਬਾਹਰ ਨਹੀਂ ਬੁਲਾ ਰਹੀ। ਉਹਦਾ ਲਿਖਿਆ ਵੀ ਹੋਇਆ ਮੈਂ ਘਰੇ ਕਿਵੇਂ ਦੱਸਦਾ ਵੀ ਤੂੰ ਸਾਨੂੰ ਬਾਹਰ ਨਹੀਂ ਬੁਲਾਉਣਾ ਹੈਗਾ, ਮੇਰੇ ਘਰਦਿਆਂ ਨੂੰ ਟੈਂਸ਼ਨ ਹੋ ਜੂ, ਮੇਰੀ ਮੰਮੀ ਨੂੰ ਟੈਂਸ਼ਨ ਹੋ ਜੂ। ਨਹੀਂ, ਉਹਦੇ ਚੈਟ 'ਚ ਮੰਗੇ ਹੋਏ ਨੇ, ਬਟ ਉਹਨੇ ਕੁਛ ਨਹੀਂ ਭੇਜਿਆ। ਉਹਨੂੰ ਬਾਹਰ ਗਈ ਨੂੰ 3 ਸਾਲ ਹੋ ਗਏ, ਹੋ ਜਾਣਗੇ ਮੈਨੂੰ ਲੱਗਦਾ। ਹੁਣ ਮੈਰਿਜ ਹੋਈ ਸੀ ਉਹਦੀ 7 ਅਗਸਤ 2019 ਨੂੰ, 2018 ਦੇ ਵਿੱਚ 15 ਜੁਲਾਈ ਨੂੰ ਉਹਦੀ ਇੰਗੇਜਮੈਂਟ ਹੋਈ ਸੀ। ਸਾਲ ਪਿੱਛੋਂ ਆ ਕੇ ਉਹ ਵਿਆਹ ਕਰਵਾ ਕੇ ਗਈ ਆ, ਇੰਗੇਜਮੈਂਟ ਦਾ ਸਾਲ ਪਿੱਛੋਂ ਆਈ ਸੀ। 15 ਜੁਲਾਈ ਦੀ ਇੰਗੇਜਮੈਂਟ ਸੀ ਅਤੇ 7 ਅਗਸਤ ਨੈਕਸਟ ਈਅਰ ਦੀ 7 ਅਗਸਤ ਨੂੰ ਆ ਕੇ ਵਿਆਹ ਕਰਵਾ ਕੇ ਗਈ ਆ। ਜਿੱਦਾਂ ਉਹ ਕਹਿੰਦੀ ਸੀ ਮੈਂ ਮੰਮੀ ਨਾਲ ਗੱਲ ਕਰਦੀ ਹਾਂ, ਉੱਧਰ ਤਾਂ ਲੱਗਦਾ ਡੇਲੀ ਉਹ ਗੱਲ ਹੁੰਦੀ ਹੋਊ, ਇੱਧਰ ਲਾਡੀ ਕਹਿ ਕੇ ਕਰਵਾਉਂਦਾ ਸੀ ਮੰਮੀ ਨਾਲ ਗੱਲ ਕਰ ਲਾ, ਡੈਡੀ ਨਾਲ ਗੱਲ ਕਰ ਲਾ। ਮੈਂ ਵੀ ਮੈਸੇਜ ਕਰਦੀ ਸੀ ਇੱਥੇ, ਮੈਂ ਜਦੋਂ ਰਹਿ ਕੇ ਗਈ ਹਾਂ, ਮੈਂ ਵੀ ਮੈਸੇਜ ਕਰਦੀ ਸੀ ਵੀ ਕਾਲ ਕਰ ਲਈ, ਫ੍ਰੀ ਹੁੰਦੀ ਕਾਲ ਕਰ ਲਈ। ਨਹੀਂ, ਵਿਆਹ ਦੇ ਬਾਅਦ 'ਚ ਉਹ ਆਈ ਨਹੀਂ ਹੈ। ਅਸੀਂ ਨੇ ਮੈਂ ਕਿਹਾ ਵੀ ਆ ਇੰਡੀਆ ਆ ਜਾ, ਬਟ ਕਹਿੰਦੀ ਜਦੋਂ ਲੋਕਡਾਊਨ ਲੱਗਿਆ ਹੋਇਆ, ਫਲਾਈਟਾਂ ਬੰਦ ਨੇ, ਫਲਾਈਟਾਂ ਹਾਲਾਂਕਿ ਬੰਦ ਹੈ ਨਹੀਂ ਸੀ। ਨਹੀਂ, ਬਿਲਕੁਲ ਵੀ ਨਹੀਂ ਕਿਹਾ ਵੀ ਜਾ ਡੈਡ ਬੋਡੀ ਨੂੰ ਰੱਖੋ, ਹਜੇ ਨਾਂ ਦਾ ਸੰਸਕਾਰ ਕਰੋ, ਬਿਲਕੁਲ ਵੀ ਨਹੀਂ ਕਿਹਾ। ਉਹਨੂੰ ਫਰਕ ਪੈਂਦਾ ਤਾਂ ਉਹ ਕਹਿੰਦੀ, ਉਹਨੂੰ ਕੀ ਫਰਕ ਪੈਂਦਾ। ਅਸੀਂ ਡਿਪੋਰਟ ਚਾਹੁੰਦੇ ਹਾਂ, ਡਿਪੋਰਟ ਹੋਵੇ ਅਤੇ ਮੇਰੇ ਡੈਡੀ ਦਾ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਉਤਾਰਿਆ ਜਾਵੇ ਉਹਨਾਂ ਦੇ ਘਰਦਿਆਂ ਵੱਲੋਂ। ਅਸੀਂ ਤਾਂ ਪਛਤਾ ਰਹੇ ਹਾਂ ਉਸ ਦਿਨ ਨੂੰ ਜਿਸ ਦਿਨ ਅਸੀਂ ਉਹ ਕੁੜੀ ਦਾ ਰਿਸ਼ਤਾ ਲਿਆ, ਉਸ ਦਿਨ ਨੂੰ ਕੌਂਸ ਗਏ ਹਾਂ। ਕਈ ਕਹਿੰਦੇ ਪਹਿਲਾਂ ਤਾਂ ਇੱਕ ਕੰਮ 'ਚ ਫਸੋ ਨਾ, ਆਪਦੇ ਲੜਕੇ ਨੂੰ ਐਸ ਕਰਾਓ, ਬਾਹਰ ਭੇਜੋ, ਜੇਕਰ ਤੁਸੀਂ ਕਰਦੇ ਵੀ ਹੋ ਆਪਦਾ ਪੱਕਾ।